गदरी बाबयां दी याद दे विच इक पुस्तक मेला करवाया गया। गदरी बाबयां दे मेले दौरान हर साल लगन वाला यह पुस्तक मेला नवेकली पछाण वाला मेला बन चुकिया है। इस मेले ते ना सिर्फ पुस्तक प्रेमी ही पुस्तक खरीदना पुजदे हन, बल्कि सूझवान पत्रकार, लेखक, कवि, शायर, कहानीकार, नावलकार, आलोचक ते अध्यापक भी पुजदे हन। यह मेले अजिहे विचारक अते सिद्धांतक लोकां लई आपसी विचार चर्चा का मंच भी बनता है। शुक्रवार को हाल के अंदर वख-वख थावां ते विद्वान ते साहित्यकार नवीं आईया पुस्तकां ते साहित दीआं वख-वख वनगियां बारे आपसी विचार चर्चा करदे देखे गए। आओ वेखदे आं पूरी रिपोर्ट। बच्चे, जवान ते बजुर्ग भाव के हर उम्र के वर्ग के लोग मेले दौरान स्टालां दी फरोला फराली कर रहे सन। ये फरोला फराली वह कपड़े, मनियारी या खाण पीण दीआं वस्तां खरीदण लई नहीं, बल्कि अपना बौद्धिक पद्धर वधाउण ते विश्व च वापर चुकियां ते मौजूदा दौर च वापर रहियां घटनावां बारे ज्ञान हासिल करने लिए देशभगत यादगार हाल च लगे 33वें गदरी बाबयां दे मेले दौरान लगे पुस्तक दे स्टालां ते पईयां अपनियां पसंद दीआं पुस्तकां खरीदण लई कर रहे सन। मेले दौरान 100 दे करीब पुस्तक विक्रेतावां ने अगां वधू साहित, चलंत मामलियां, वापर रहियां धार्मिक, सियासी ते इतिहासिक घटनावां नाल संबंधित विशियां संबंधी पुस्तक प्रदर्शनी ते लियांदियां होईयां सन। शुक्रवार नूं मेले दे दूजे दिन हाल दे विहड़े च लगे पुस्तकां दे स्टालां उत्ते पुस्तक देखण अते खरीदण ਲਈ ਸਕੂਲੀ ਬੱਚੇ ਆਪਣੇ ਅਧਿਆਪਕਾਂ ਅਤੇ ਕਈ ਬੱਚੇ ਆਪਣੇ ਮਾਪਿਆਂ ਦੇ ਨਾਲ ਪੁੱਜੇ ਹੋਏ ਸਨ। ਬੱਚਿਆਂ ਤੋਂ ਇਲਾਵਾ ਕਾਲਜ ਪੜ੍ਹਨ ਵਾਲੇ ਮੁੰਡੇ ਕੁੜੀਆਂ ਤੋਂ ਇਲਾਵਾ ਪੁਸਤਕਾਂ 'ਚ ਰੁਚੀ ਰੱਖਣ ਵਾਲੇ ਅੱਧ ਖੜਤੇ ਬਜ਼ੁਰਗਾਂ ਦੀ ਸਟਾਲਾਂ 'ਤੇ ਵੀ ਪੁਸਤਕ ਖਰੀਦਦੇ ਨਜ਼ਰ ਆਏ। ਲੋਹੀਆਂ ਤੋਂ ਪੁੱਜੇ ਬਜ਼ੁਰਗ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਘਰੋਂ ਹੀ ਸੋਚ ਕੇ ਆਏ ਸਨ ਕਿ ਪੁਸਤਕ ਕਿਹੜੀ ਖਰੀਦਣੀ ਹੈ, ਇਸ ਲਈ ਸਟਾਲਾਂ ਵਾਲਿਆਂ ਤੋਂ ਪੁੱਛਗਿੱਛ ਕਰਕੇ ਆਪਣੀ ਮਨਪਸੰਦ ਕਿਤਾਬ ਖਰੀਦੀ ਹੈ। ਪੁਸਤਕ ਮੇਲੇ ਦੌਰਾਨ ਜਿੱਥੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਪੁਸਤਕਾਂ ਦੀ ਪ੍ਰਦਰਸ਼ਨੀ ਕੀਤੀ ਗਈ, ਉੱਥੇ ਹੀ ਪੰਜਾਬੀ ਸੁੰਦਰ ਲਿਖਾਈ, ਟੈਲੀਗ੍ਰਾਫੀ ਦੇ ਸਕੈਚ ਬਣਾਉਣ ਵਾਲੇ ਕਲਾਕਾਰਾਂ ਨੇ ਵੀ ਸਟਾਲ ਲਾਏ ਹੋਏ ਸਨ। ਸਕੂਲੀ ਬੱਚੇ ਉਹਨਾਂ ਕੋਲ ਆਪਣੇ ਪਸੰਦ ਦੇ ਕਾਰਡ ਉੱਪਰ ਸ਼ਬਦ ਲਿਖਾਉਣ ਤੋਂ ਇਲਾਵਾ ਆਪਣੇ ਸਕੈਚ ਬਣਵਾ ਰਹੇ ਸਨ। ਇਸੇ ਤਰ੍ਹਾਂ ਸੁੰਦਰ ਲਿਖਾਈ ਵਾਲੇ ਕਲਾਕਾਰ ਕੋਲੋਂ ਵੀ ਲੋਕ ਮਾਂ ਬੋਲੀ 'ਚ ਸਤਰਾਂ ਲਿਖਵਾ ਕੇ ਲਿਜਾ ਰਹੇ ਸਨ ਅਤੇ ਕਈ ਪਹਿਲਾਂ ਵੀ ਫਰੇਮ ਕੀਤੀਆਂ ਸੁੰਦਰ ਲਿਖਾਈ ਵਾਲੀਆਂ ਲਿਖਤਾਂ ਖਰੀਦ ਰਹੇ ਸਨ। ਇਹਨਾਂ ਤੋਂ ਇਲਾਵਾ ਦੇਸ਼ ਭਗਤ ਦੀਆਂ ਤਸਵੀਰਾਂ ਵਾਲੀਆਂ ਟੀ ਸ਼ਰਟਾਂ, ਛੱਲੇ ਅਤੇ ਪੋਸਟਰ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਸਨ। ਦੱਸਣਯੋਗ ਹੈ ਕਿ ਗਦਰੀ ਬਾਬਿਆਂ ਦੇ ਮੇਲੇ ਦੌਰਾਨ ਹਰ ਸਾਲ ਲੱਗਣ ਵਾਲਾ ਇਹ ਪੁਸਤਕ ਮੇਲਾ ਨਵੇਕਲੀ ਪਛਾਣ ਵਾਲਾ ਮੇਲਾ ਬਣ ਚੁੱਕਿਆ। ਇਸ ਮੇਲੇ 'ਚ ਨਾ ਸਿਰਫ ਪੁਸਤਕ ਪ੍ਰੇਮੀ ਹੀ ਪੁਸਤਕਾਂ ਖਰੀਦਣ ਲਈ ਪੁੱਜਦੇ ਹਨ, ਬਲਕਿ ਸੂਝਵਾਨ ਪੱਤਰਕਾਰ, ਲੇਖਕ, ਕਵੀ, ਸ਼ਾਇਰ, ਕਹਾਣੀਕਾਰ, ਨਾਵਲਕਾਰ, ਆਲੋਚਕ ਅਤੇ ਅਧਿਆਪਕ ਵੀ ਪੁੱਜਦੇ ਹਨ। ਇਹ ਮੇਲਾ ਅਜਿਹੇ ਵਿਚਾਰਧਾਰਕ ਅਤੇ ਸਿਧਾਂਤਕ ਲੋਕਾਂ ਲਈ ਆਪਸੀ ਵਿਚਾਰ ਚਰਚਾ ਦਾ ਮੰਚ ਵੀ ਬਣ। ਸ਼ੁੱਕਰਵਾਰ ਨੂੰ ਵੀ ਹਾਲ ਦੇ ਅੰਦਰ ਵੱਖ-ਵੱਖ ਥਾਵਾਂ 'ਤੇ ਵਿਦਵਾਨ ਅਤੇ ਸਾਹਿਤਕਾਰ ਨਵੀਆਂ ਆਈਆਂ ਪੁਸਤਕਾਂ ਅਤੇ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਬਾਰੇ ਆਪਸੀ ਵਿਚਾਰ ਚਰਚਾ ਕਰਦੇ ਦੇਖੇ ਗਏ। ਬਿਊਰੋ ਰਿਪੋਰਟ, ਹਮਦਰਦ ਜੀ।